ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ। ਹਿਮਾਚਲ ਪ੍ਰਦੇਸ਼ ਦੀ ਸਿਆਸਤ ਦੇ ਵਿੱਚ ਆਇਆ ਭੁਚਾਲ ਥੰਮਣ ਦਾ ਨਾਮ ਹੀ ਨਹੀਂ ਲੈ ਰਿਹਾ। ਜੇਕਰ ਗੱਲ ਕਰੀਏ ਤਾਂ ਹਿਮਾਚਲ ਕਾਂਗਰਸ ਦੇ ਵਿੱਚ ਵੱਡਾ ਕਲੇਸ਼ ਚੱਲ ਰਿਹਾ ਹੈ। ਦੋ ਫਾੜ ਹਿਮਾਚਲ ਕਾਂਗਰਸ ਦਿਖਾਈ ਦੇ ਰਹੀ ਹੈ, ਜਿੱਥੇ ਰਾਜ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਿਹੜੀਆਂ ਨੇ 6 ਕਰੋਸ ਵੋਟਿੰਗ ਕਾਂਗਰਸੀ ਵਿਧਾਇਕਾਂ ਦੇ ਵੱਲੋਂ ਕੀਤੀ ਗਈ ਹੈ, ਅਤੇ ਉੱਥੇ ਹੀ ਲਗਾਤਾਰ ਇਹ ਸਿਆਸੀ ਭੁਚਾਲ ਜਿਹੜਾ ਹੈ ਥੰਮਣ ਦਾ ਨਾਮ ਹੀ ਨਹੀਂ ਲੈ ਰਿਹਾ। ਲਗਾਤਾਰ ਜਿਹੜੀਆਂ ਨੇ ਕਈ ਤਰੀਕੇ ਦੀਆਂ ਕੈਸਰਾਈਆਂ ਲਗਾਈਆਂ ਜਾ ਰਹੀਆਂ ਸੀ, ਅਤੇ ਉਸ ਤੋਂ ਪਹਿਲਾਂ ਵਿਕਰਮ ਆਦਿੱਤਿਆ ਸਿੰਘ ਦੇ ਵੱਲੋਂ ਜਿਹੜਾ ਹੈ ਅਸਤੀਫਾ ਵੀ ਦੇ ਦਿੱਤਾ ਗਿਆ ਸੀ ਮੰਤਰੀ ਮੰਡਲ 'ਚੋਂ, ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਸਤੀਫਾ ਵਾਪਸ ਲੈ ਲਿਆ ਗਿਆ ਸੀ। ਜੇਕਰ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਵਿਕਰਮ ਆਦਿੱਤਿਆ ਸਿੰਘ ਨੇ ਜਿਹੜਾ ਹੈ ਮੀਟਿੰਗ ਦੇ ਵਿੱਚ, ਜੋ ਮੀਟਿੰਗ ਮੰਤਰੀਆਂ ਦੀ ਚੱਲ ਰਹੀ ਸੀ, ਕੈਬਨਿਟ ਦੀ ਮੀਟਿੰਗ ਚੱਲ ਰਹੀ ਸੀ, ਉਸਦੇ ਵਿੱਚੋਂ ਵੀ ਉਹ ਨਿਕਲ ਗਏ ਅਤੇ ਉਸਦੇ ਵਿੱਚ ਸ਼ਾਮਿਲ ਵੀ ਨਹੀਂ ਹੋਏ, ਜਿਸ ਤੋਂ ਬਾਅਦ ਕਾਫੀ ਨਿਰਾਸ਼ ਚੱਲ ਰਹੇ ਨੇ ਵਿਕਰਮ ਆਦਿੱਤਿਆ ਸਿੰਘ। ਅਤੇ ਹੁਣ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕਾਂਗਰਸ ਹਟਾ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਫੇਸਬੁੱਕ ਅਤੇ ਟਵਿੱਟਰ ਦੇ ਉੱਤੋਂ ਵਿਕਰਮ ਆਦਿੱਤਿਆ ਨੇ ਆਪਣੇ ਨਾਮ ਦੇ ਅੱਗਿਓਂ ਜਿਹੜਾ ਕਾਂਗਰਸ ਹਟਾ ਦਿੱਤਾ ਹੈ, ਹਿਮਾਚਲ ਦਾ ਸੇਵਕ ਲਿਖਿਆ ਹੈ, ਅਤੇ ਵੱਡਾ ਸਿਆਸੀ ਉਲਟ ਫੇਰ ਜਿਹੜਾ ਉਹ ਕਹਿ ਸਕਦੇ ਹਾਂ ਕਿ ਹੋ ਸਕਦਾ ਇਸ ਵਾਰ ਹਿਮਾਚਲ ਦੀਆਂ ਚੋਣ, ਹਿਮਾਚਲ ਦੀ ਸਿਆਸਤ ਦੇ ਵਿੱਚ। ਸੋ ਇੱਕ ਵੱਡਾ ਐਕਸ਼ਨ ਜਿਹੜਾ ਹੈ ਵਿਕਰਮ ਆਦਿੱਤਿਆ ਨੇ ਲੈ ਲਿਆ ਹੈ। ਜੇਕਰ ਗੱਲ ਕਰੀਏ ਵਿਕਰਮ ਆਦਿੱਤਿਆ ਦੀ ਤਾਂ ਕੈਬਨਿਟ ਮੰਤਰੀ ਨੇ, ਅਤੇ ਨਾਲ ਹੀ ਸਾਬਕਾ ਮੁੱਖ ਮੰਤਰੀ ਵੀਰਭੱਦਰ ਉਹਨਾਂ ਦੇ ਬੇਟੇ ਨੇ, ਅਤੇ ਇਹਨਾਂ ਦੀ ਮਾਤਾ ਦੀ ਜੇਕਰ ਗੱਲ ਕਰੀਏ ਤਾਂ ਪ੍ਰਤਿਭਾ ਨੇ ਵੀ ਜਿਹੜਾ ਨੇ ਵੱਡਾ ਸਿਆਸੀ ਚਿਹਰਾ ਨੇ, ਉੱਥੇ ਵਿਕਰਮ ਆਦਿੱਤਿਆ ਵੀ ਜਿਹੜਾ ਨੇ ਵੱਡਾ ਚਿਹਰਾ ਹੈ, ਪੋਲੀਟੀਕਲ ਚਿਹਰਾ ਨੇ ਹਿਮਾਚਲ ਦੇ ਵਿੱਚ। ਸਾਬਕਾ ਮੁੱਖ ਮੰਤਰੀ ਵੀਰਭੱਦਰ ਦੇ ਬੇਟੇ ਨੇ ਅਤੇ ਵੱਡਾ ਚਿਹਰਾ ਨੇ। ਸੋ ਉਹਨਾਂ ਦੇ ਵੱਲੋਂ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜਿਹੜਾ ਕਾਂਗਰਸ ਸ਼ਬਦ ਹਟਾ ਦਿੱਤਾ ਗਿਆ ਹੈ। ਉਹਨਾਂ ਨੇ ਲਿਖਿਆ ਕਿ ਹਿਮਾਚਲ ਦਾ ਸੇਵਕ।